ਹਾਂਜੀ ਅਸਲਾਮ ਅਲੈਕਮ, ਸਤਿ ਸ਼੍ਰੀ ਅਕਾਲ, ਪ੍ਰਣਾਮ ਦੋਸਤੋ। ਅੱਜ ਅਸੀਂ ਲੈਣ ਜਾ ਰਹੇ ਹਾਂ ਜੀ ਪੰਜਾਬ ਇੰਡੀਆ ਤੋਂ ਆਇਆ ਹੋਇਆ ਇੱਕ ਗਿਫਟ, ਅਤੇ ਮੇਰੇ ਨਾਲ ਹੈ ਜੀ ਬੱਚਾ ਪਾਰਟੀ ਵੀ। ਅਤੇ ਆਓ ਜੀ ਚੱਲਦੇ ਹਾਂ ਅੱਗੇ ਅਤੇ ਕਰਦੇ ਹਾਂ ਅੱਜ ਦਾ ਸਫ਼ਰ ਸ਼ੁਰੂ, ਅਤੇ ਨਾਲ ਤੁਹਾਨੂੰ ਦਿਖਾਉਂਦੇ ਹਾਂ ਕਿ ਉਹ ਕਿਹੜਾ ਗਿਫਟ ਹੈ ਜਿਹੜਾ ਚੜ੍ਹਦੇ ਪੰਜਾਬ ਵੱਲੋਂ ਸਾਨੂੰ ਆਇਆ, ਜਿਹਨੂੰ ਨਾ ਬਾਰਡਰ ਦੀਆਂ ਤਾਰਾਂ ਰੋਕ ਸਕੀਆਂ ਅਤੇ ਨਾ ਉਹਨਾਂ ਅੱਗੇ ਕੋਈ ਰੁਕਾਵਟ ਬਣੀ। ਅਤੇ ਉਹ ਅਸੀਂ ਗਿਫਟ ਕਿੱਥੋਂ ਜਾ ਕੇ ਲੈ ਕੇ ਆਉਂਦੇ ਹਾਂ, ਦਿਖਾਉਂਦੇ ਹਾਂ ਤੁਹਾਨੂੰ ਅੱਜ ਦੇ ਇਸ ਵਲੋਗ।
ਸਾਈਡ ਤੋਂ ਆਪਾਂ ਆਏ ਸੀ ਨਾ ਉੱਧਰ ਜ਼ਿਆਦਾ ਹੁੰਦੀ ਹੈ ਜੀ ਕਪਾਹ ਹੋ ਗਈ ਅਤੇ ਕਣਕ ਹੋ ਗਈ ਪਰ ਇਸ ਸਾਈਡ 'ਤੇ ਜਿਸ ਸਾਈਡ 'ਤੇ ਆਪਾਂ ਹੁਣ ਪਹੁੰਚੇ ਹਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜ਼ਿਆਦਾ ਫਸਲ ਹੈ ਕਮਾਲ ਦੀ ਮੱਕੀ ਦੀ ਕਾਸ਼ਤ ਹੈ ਕਾਫੀ ਕੀਤੀ ਹੋਈ ਅਤੇ ਤਕੜੇ ਤਕੜੇ ਕਮਾਲ ਦਾ ਇਸ ਸਾਈਡ 'ਤੇ ਤੁਸੀਂ ਦੇਖੋ ਇੱਧਰ ਵੀ ਕਮਾਲ ਦੀ ਫਸਲ ਨਜ਼ਰ ਆ ਰਹੀ ਹੈ ਜ਼ਿਆਦਾ ਇੱਥੇ ਜਿਹੜਾ ਨਾ ਕਮਾਲ ਦੀ ਕਾਸ਼ਤ ਹੈ ਹਾਂਜੀ ਅਤੇ ਬਾਕੀ ਸਫ਼ਰ ਹਲੇ ਅੱਗੇ ਵੀ ਹੈ ਜੀ ਇਹ ਬਿਲਕੁਲ ਛੋਟੇ ਛੋਟੇ ਸ਼ਾਰਟ ਵਿਊ ਤੁਹਾਨੂੰ ਦਿਖਾ ਰਹੇ ਹਾਂ ਰਸਤੇ ਦੇ ਅਤੇ ਬਾਕੀ ਬੜਾ ਜ਼ਬਰਦਸਤ ਅੱਜ ਦਾ ਵਲੌਗ ਹੋਊਗਾ ਜੀ ਇਹਨੂੰ ਪੂਰਾ ਤੁਸੀਂ ਜ਼ਰੂਰ ਦੇਖਣਾ ਅਤੇ ਇੰਜੋਏ ਕਰਨਾ ਅਤੇ ਬਾਕੀ ਅਗਲਾ ਸਫ਼ਰ ਹੁਣ ਆਪਾਂ ਹਾਂਜੀ ਮਿੱਤਰੋ ਅਤੇ ਹੁਣ ਅਸੀਂ ਪਹੁੰਚ ਗਏ ਹਾਂ ਜੀ ਬਿਲਕੁਲ ਆਪਣੀ ਮੰਜ਼ਿਲ ਦੇ ਕੋਲ ਪਰ ਇਹ ਜਿਹੜਾ ਰਾਸਤਾ ਬੜਾ ਡੇਂਜਰਸ ਜਿਹਾ ਰਾਸਤਾ ਅਤੇ ਹਾਂਜੀ ਦੋਸਤੋ ਅਤੇ ਇਹ ਹੈ ਜੀ ਦਰਿਆਏ ਸਤਲੁਜ ਜਿਹੜਾ ਚੜ੍ਹਦੇ ਪੰਜਾਬ 'ਚੋਂ ਚੱਲਦਾ ਅਤੇ ਲਹਿੰਦੇ ਪੰਜਾਬ 'ਚ ਆਉਂਦਾ ਅਤੇ ਹੁਣ ਅਸੀਂ ਇਸ ਟਾਈਮ ਪਹੁੰਚੇ ਹਾਂ ਜੀ ਦਰਿਆਏ ਸਤਲੁਜ 'ਤੇ ਅਤੇ ਬਸ ਇੱਦਾਂ ਕਹਿ ਲਓ ਵੀ ਆਪਾਂ ਜਿਹੜੀ ਆਪਣੀ ਮੰਜ਼ਿਲ ਸੀ ਉਹਦੇ ਬਿਲਕੁਲ ਕੋਲ ਹੀ ਪਹੁੰਚ ਗਏ ਹਾਂ ਹਾਂਜੀ ਇਹ ਹੈ ਜੀ ਦਰਿਆਏ ਸਤਲੁਜ ਤੁਹਾਨੂੰ ਜ਼ੂਮ ਕਰਕੇ ਵੀ ਥੋੜ੍ਹਾ ਜਿਹਾ ਦਿਖਾਉਂਦੇ ਹਾਂ ਹੁਣ ਅੱਜ ਕੱਲ੍ਹ ਤਾਂ ਇਹਦੇ 'ਚ ਪਾਣੀ ਬਸ ਘੱਟ ਹੀ ਆ ਗੁਜ਼ਾਰੇ ਲੈ ਕੇ ਆ ਅਤੇ ਜਦੋਂ ਸਲਾਬ ਆਇਆ ਸੀ ਉਦੋਂ ਇਸੇ ਪਾਣੀ ਨੇ ਹੀ ਘਰਾਂ ਦੇ ਘਰ ਅਤੇ ਬਸਤੀਆਂ ਦੀਆਂ ਬਸਤੀਆਂ ਡੋਬਤੀਆਂ ਸੀ ਜੀ ਇੱਥੇ ਹਾਂਜੀ ਅਤੇ ਇਹ ਹੈ ਜੀ ਇੱਥੇ ਇਹਨਾਂ ਨੇ ਆਪਣੇ ਤੌਰ 'ਤੇ ਹੀ ਨਾ ਸੋਲਰ ਪਲੇਟਾਂ ਰੱਖ ਕੇ ਤੁਹਾਨੂੰ ਸੋਲਰ ਪੈਨਲ ਵੀ ਦਿਖਾਉਂਦੇ ਹਾਂ ਅਤੇ ਇੱਥੇ ਆਪਣੀਆਂ ਫਸਲਾਂ ਨੂੰ ਪਾਣੀ ਲਾਉਣ ਦਾ ਇੰਤਜ਼ਾਮ ਕੀਤਾ ਆ ਅਤੇ ਆਹ ਜਿਹੜਾ ਪਾਈਪ ਨਜ਼ਰ ਆ ਰਿਹਾ ਇਹ ਪਾਣੀ ਦਾ ਭਰਿਆ ਜਾ ਰਿਹਾ ਜੀ ਅਤੇ ਆਹ ਪਿੱਛੇ ਮੋਟਰ ਚੱਲ ਰਹੀ ਆ ਅਤੇ ਆਹ ਹੈ ਜੀ ਇਹਨਾਂ ਦਾ ਸੋਲਰ ਪੈਨਲ ਅਤੇ ਇਸ ਟਾਈਮ ਹੈ ਝਾੜ ਪਰ ਫਿਰ ਵੀ ਕਹਿ ਲਓ ਵੀ ਇਹਨਾਂ ਦਾ ਗੁਜ਼ਾਰਾ ਕਰੀ ਜਾ ਰਿਹਾ ਬੜਾ ਔਖਾ ਪਹੁੰਚਿਆ ਜੀ ਰਾਹ ਪੁੱਛ ਪੁੱਛ ਕੇ ਅਤੇ ਫਿਰ ਤੁਹਾਨੂੰ ਕਾਲ ਕੀਤੀ ਅਤੇ ਫਿਰ ਸਾਨੂੰ ਸਹੀ ਲੋਕੇਸ਼ਨ ਦਾ ਪਤਾ ਲੱਗਿਆ ਅਤੇ ਆਓ ਜੀ ਚੱਲਦੇ ਹਾਂ ਅੱਗੇ ਜੀ ਅਤੇ ਹੁਣ ਕਿੰਨਾ ਕੁ ਪਾਣੀ ਇਹਦੇ ਚੱਲ ਰਿਹਾ ਬਸ ਹੁਣ ਚੱਲ ਰਿਹਾ ਕੋਈ ਇਹਦੇ 'ਚ ਬਸ 800-900 ਕਿਊਸਕ ਕਿਊਸਕ ਚੱਲ ਰਿਹਾ ਫਿਲਹਾਲ ਹੁਣ ਮੈਕਸੀਮਮ ਜਦੋਂ ਆਪਣੀ ਪੀਕ 'ਤੇ ਗਿਆ ਸੀ 8-9 ਮਹੀਨੇ ਜੀ ਉਦੋਂ ਇਹਦੇ 'ਚ ਮੈਕਸੀਮਮ ਕ੍ਰਾਸ ਹੋਇਆ ਇੱਥੋਂ 2 ਲੱਖ ਕਿਊਸਕ ਉਦੋਂ 2 ਲੱਖ ਸੀਗਾ ਹਾਂਜੀ 2 ਲੱਖ ਸੀ ਅਤੇ ਬਸ ਹੁਣੇ 900 ਰਹਿ ਗਏ ਇਹਦਾ ਮਤਲਬ ਆ ਜਦੋਂ 2 ਲੱਖ ਹੋਊਗਾ ਉਦੋਂ ਤਾਂ ਫਿਰ ਆਸੇ ਪਾਸੇ ਸਾਰੇ ਪਾਣੀ ਪਾਣੀ 2 ਲੱਖ ਸੀ ਅਤੇ ਤੋਂ ਅੱਗੇ ਇੱਥੋਂ ਕੱਚੀ ਪੱਕੀ ਤੱਕ ਹੋਰ ਪਿਛਲੇ ਰਸਤੇ ਬੰਦ ਕਰਾਸ ਕੀਤਾ ਹੋਣਾ ਜੀ ਉੱਚਾ ਜਿਹਾ ਉਸ ਤੱਕ ਉਹ ਲਹਿਰ ਵਾਲਾ ਉੱਥੇ ਤੱਕ ਪਾਣੀ ਸੀ ਇਹ ਇੰਨਾ ਕਮਾਨ ਦੇ ਉੱਤੇ ਕੱਚੀਆਂ ਚੱਲ ਗਈਆਂ ਅੱਛਾ ਇਹ ਫਿਰ ਵੀ ਇਹਨਾਂ ਦਾ ਸ਼ੁਕਰ ਆ ਵੀ ਇਹ ਕਮਾਲ ਬਚ ਗਿਆ ਹੈ ਨਾ ਜਿਹਦੇ ਪਿੱਛੇ ਅਸੀਂ ਦੇਖੇ ਆ ਤੁਸੀਂ ਜਿਹੜੇ ਨਾ ਉਹ ਸੁੱਕ ਗਏ ਬਿਲਕੁਲ ਜਿਹੜੇ ਉਹ ਬਹਾਓ ਦੇ ਵਿੱਚ ਆ ਗਏ ਨਾ ਉਹ ਸੁੱਕ ਗਏ ਨੇ ਇਹਨਾਂ ਦੇ ਉੱਪਰ ਕਿਸ਼ਤੀਆਂ ਚੱਲਦੇ ਸੀ ਉਹ ਤੋਂ ਇੰਨੇ ਨਹੀਂ ਨਜ਼ਰ ਆਉਂਦੇ ਸੀ ਇਹ ਜਿਹੜਾ ਕਮਾਦ ਖੜਾ ਰੈਸਕਿਊ ਵਾਲੇ ਨੇ ਕਿਸ਼ਤੀ ਇੱਥੋਂ ਐਵੇਂ ਜਾਂਦੀ ਸੀ ਉਹ ਉੱਥੋਂ ਲੰਘ ਕੇ ਇੱਕ ਬੰਦ ਜਾਂਦੀ ਸੀ ਪਰਲੀ ਸਾਈਡ ਤੇ thank you.
76 ਵਰੇ ਪਹਿਲੇ ਲੱਗੇ ਜ਼ਖਮ ਹਜੇ ਤੱਕ ਉਹ ਪੀੜਾਂ ਖਾਂਦੀਆਂ ਲਹਿੰਦੇ ਚੜ੍ਹਦੇ ਰਹਿਣ ਪੰਜਾਬੀ ਵਿੱਚ ਲੱਗੀਆਂ ਤਾਰਾਂ ਵਿੱਥਾਂ ਪਾਉਂਦੀਆਂ ਸਾਡੇ ਲਈ ਇਹ ਦਰਦ ਵਿਛੋੜਾ ਸਾਡੇ ਲਈ ਇਹ ਬਣਿਆ ਬਾਰਡਰ ਸਾਡੇ ਨਾਲੋਂ ਮੱਛੀਆਂ ਚੰਗੀਆਂ ਜੋ ਮਰਜ਼ੀ ਨਾਲੇ ਆਉਂਦੀਆਂ ਜਾਂਦੀਆਂ ਜੀ ਦੋਸਤੋ ਅਤੇ ਇਹ ਹੈ ਸੀ ਜੀ ਉਹ ਚੜ੍ਹਦੇ ਪੰਜਾਬ ਵੱਲੋਂ ਆਇਆ ਗਿਫਟ ਜਿਹੜਾ ਕਿ ਅਸੀਂ ਲੈਣ ਲਈ ਦਰਿਆ ਸਤਲੁਜ 'ਤੇ ਪਹੁੰਚੇ ਸੀ ਹਾਂਜੀ ਅਤੇ ਹਜੇ ਸਾਡੇ ਭਾਈ ਇਮਤਿਆਜ਼ ਜਿਨ੍ਹਾਂ ਦੀ ਦਾਵਤ 'ਤੇ ਅਸੀਂ ਅੱਜ ਪਹੁੰਚੇ ਸੀ ਦਰਿਆ ਸਤਲੁਜ 'ਤੇ ਨਾਲ ਭਾਈ ਸਾਜੇ ਦਾ ਅਤੇ ਇਹਨਾਂ ਵੱਲੋਂ ਇਹ ਹੈ ਜੀ ਸਾਨੂੰ ਗਿਫਟ ਥੈਂਕ ਯੂ ਭਾਈ ਬਹੁਤ ਮਿਹਰਬਾਨੀ ਜੀ ਸ਼ੁਕਰੀਆ ਅੱਲਾ ਹਾਫਿਜ਼ ਭਾਈ ਸਾਹਿਬ ਅੱਲਾ ਹਾਫਿਜ਼